ਬਠਿੰਡਾ ਦੀ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਰਮਨਦੀਪ ਸਿੰਘ ਉਰਫ ਸੰਨੀ ਨੂੰ ਆਖਰਕਾਰ ਨਿਰਦੋਸ਼ ਸਾਬਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਰਮਨਦੀਪ ਸਿੰਘ ਦੇ ਉੱਤੇ ਮੋਹਾਲੀ ਦੀ ਪੁਲਿਸ ਦੇ ਵੱਲੋਂ ਦੇਸ਼ ਦਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕਈ ਸਾਲਾਂ ਤੋਂ ਰਮਨਦੀਪ ਸਿੰਘ ਜੇਲ੍ਹ ਦੇ ਵਿੱਚ ਬੰਦ ਸੀ। ਪੀੜਤ ਦੇ ਪਰਿਵਾਰ ਦੇ ਵੱਲੋਂ ਉਸ ਵੇਲੇ ਦੋਸ਼ ਲਗਾਏ ਜਾ ਰਹੇ ਸਨ ਕਿ ਇਹ ਨਾਜਾਇਜ਼ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਦੇ ਮੱਦੇਨਜ਼ਰ ਹੀ ਭੁੱਖ ਹੜਤਾਲ ਤੇ ਵੀ ਰਮਨਦੀਪ ਸਿੰਘ ਜੇਲ੍ਹ ਦੇ ਵਿੱਚ ਬੈਠਾ ਹੋਇਆ ਸੀ। ਹੁਣ ਆਖਰਕਾਰ ਪੁਲਿਸ ਦੇ ਵੱਲੋਂ ਇਨਕੁਆਇਰੀ ਦੇ ਵਿੱਚ ਰਮਨਦੀਪ ਨੂੰ ਨਿਰਦੋਸ਼ ਸਾਬਤ ਕਰਨਾ ਪਿਆ ਹੈ। ਜੀ, ਅਸੀਂ ਸੋਮਵਾਰ ਸਾਨੂੰ ਜਦੋਂ ਰਮਨਦੀਪ ਸਿੰਘ ਨੇ 25-11 ਤੋਂ ਭੁੱਖ ਹੜਤਾਲ ਕੀਤੀ ਹੋਈ ਸੀਗੀ। ਤਕਰੀਬਨ 2.5 ਮਹੀਨੇ ਹੀ ਚੱਲੀ ਆ ਭੁੱਖ ਹੜਤਾਲ। ਅਚਾਨਕ ਪਿਛਲੇ ਸੋਮਵਾਰ ਜਦੋਂ ਉਹਨੂੰ ਚੱਕਰ ਆ ਗਿਆ, BP ਜ਼ਿਆਦਾ ਡਾਊਨ ਹੋਣ ਕਾਰਨ ਫਿਰ ਉਹਦੀ ਤਬੀਅਤ ਜ਼ਿਆਦਾ ਵਿਗੜ ਗਈ। ਫਿਰ ਸਰਕਾਰੀ ਹੋਸਪਿਟਲ 'ਚ ਉਹਨੂੰ ਐਡਮਿਟ ਕਰਵਾਇਆ ਗਿਆ ਸੀਗਾ। ਉਸ ਟਾਈਮ ਉਹਨੇ ਡ੍ਰਿਪ ਲਵਾਉਣ ਤੋਂ ਮਨਾ ਕਰਤਾ ਸੀ ਕਿ ਮੈਂ ਕੋਈ ਡ੍ਰਿਪ ਨਹੀਂ ਲਵਾਵਾਂਗਾ। ਅਤੇ ਫਿਰ ਸਾਨੂੰ SP City ਜਿਹੜੇ ਜਸਪਾਲ ਸਿੰਘ ਆ ਬਠਿੰਡਾ ਦੇ, ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਸੀ। ਮੇਰੇ ਵਕੀਲ ਸਾਹਿਬ ਜਿਹੜੇ ਸਾਡੇ ਹਰਪਾਲ ਸਿੰਘ ਖਾਰਾ ਸਰ ਵੀ ਆਏ ਸੀ। ਫਿਰ ਉਹਨਾਂ ਦੇ ਸਾਹਮਣੇ ਇਹ ਗੱਲ ਹੋਈ ਸੀ ਕਿ ਅਸੀਂ ਤੁਹਾਨੂੰ 1 ਹਫ਼ਤੇ ਦਾ ਟਾਈਮ ਦਿੰਦੇ ਹਾਂ, ਡਾਕੂਮੈਂਟ ਸਾਰੇ ਦਿਖਾ ਦਾਂਗੇ, ਅਤੇ ਵੀ ਜਿਹੜੇ ਉਹਨਾਂ ਨੇ ਇਨੋਸੈਂਟ ਇਹਨੂੰ ਕਰਿਆ ਹੋਇਆ, ਅਤੇ ਵੀ ਤੁਸੀਂ ਇਹਨੂੰ ਸਮਝਾਓ ਕਿ ਇਹ ਡ੍ਰਿਪ ਲਵਾ ਲਵੇ। ਫਿਰ ਉਸ ਟਾਈਮ ਰਮਨਦੀਪ ਨੇ ਡ੍ਰਿਪ ਤਾਂ ਲਵਾ ਲਈ ਸੀਗੀ, ਜਾਨੀ ਕਿ ਦੂਸਰੇ ਦਿਨ ਉਹਨੂੰ ਛੁੱਟੀ ਦਵਾ ਕੇ ਲੈ ਗਏ ਸੀ। ਅਤੇ ਚਾਹ ਇੱਕ ਦਿਨ ਪਿਲਾਈ ਸੀ ਪਰ ਉਹਨੂੰ ਚਾਹ ਨਹੀਂ ਠੀਕ ਸੀਗੀ। ਅਤੇ ਹੁਣ ਕੱਲ੍ਹ ਅਸੀਂ ਗਏ ਸੀ ਉਹਨਾਂ ਨੂੰ ਅਤੇ ਮਿਲ ਕੇ ਵੀ ਆਇਆ, ਭੁੱਖ ਹੜਤਾਲ ਵੀ ਖਤਮ ਕਰਾਤੀ ਸੀ। ਸੋਮਵਾਰ ਨੂੰ ਹਰਪਾਲ ਸਿੰਘ ਖਾਰਾ ਦੇ ਬਾਕੀ ਜਿਹੜੇ ਵਕੀਲ ਉਹਨਾਂ ਨੇ ਭੇਜੇ ਸੀ ਨਾਲ, ਅਤੇ ਅਸੀਂ ਪੇਪਰ ਸਾਨੂੰ ਦਿਖਾਏ ਸੀਗੇ ਜਸਪਾਲ ਸਿੰਘ ਨੇ, ਅਤੇ ਉਹਨਾਂ ਦੇ ਜਿਹੜੇ ਸਿਟੀ ਵਾਲੇ ਜਿਹੜੇ ਇੱਥੋਂ ਸਿਟੀ ਦੇ ਆ, ਅਤੇ ਉਹਨਾਂ ਨੇ ਦਿਖਾ ਦਿੱਤੇ ਸੀ ਪੇਪਰ। ਉਹਦੇ ਵਿੱਚ ਅਸੀਂ ਸਾਰਾ ਪੜ੍ਹ ਲਿਆ ਕਿ ਇਹਨਾਂ ਨੂੰ ਬੇਗੁਨਾਹ ਸਾਬਤ ਉਹਨਾਂ ਨੇ ਕਰ ਦਿੱਤਾ ਸੀ। ਹਜੇ ਤਾਂ ਜੀ ਪੁਲਿਸ ਵੱਲੋਂ ਹੀ ਕੀਤਾ ਗਿਆ। ਮੈਂ ਐਪਲੀਕੇਸ਼ਨ ਮੋਹਾਲੀ ਕੋਰਟ 'ਚ ਲਾਈ ਵੀ ਸੀਗੀ, ਅਤੇ ਉਹਨਾਂ ਨੇ ਫਿਰ ਮੋਹਾਲੀ ਕੋਰਟ ਵਾਲਿਆਂ ਨੇ, ਪੁਲਿਸ ਵਾਲਿਆਂ ਨੇ ਆਪਣੀ ਇਨਕੁਆਇਰੀ ਕੀਤੀ, ਜਿਹਦੇ ਵਿੱਚ ਇਹਨੂੰ ਨਿਰਦੋਸ਼ ਸਾਬਤ ਕਰ ਦਿੱਤਾ ਉਹਨਾਂ ਨੇ। ਹਜੇ ਕੋਰਟ ਵੱਲੋਂ ਨਹੀਂ ਆਰਡਰ ਆਇਆ ਜੀ। ਖਾਸ ਕਰਕੇ ਜਿਹੜਾ ਬਠਿੰਡਾ ਦੀ ਪ੍ਰੈਸ ਅਤੇ ਮੀਡੀਆ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੱਚਾਈ ਜਿਹੜੀ ਸੀ ਮੋਹਾਲੀ ਤੀਕਰ ਪਹੁੰਚਾਈ, ਪੰਜਾਬ ਦੀ ਸਰਕਾਰ ਤੀਕਰ ਪਹੁੰਚਾਈ, ਅਤੇ ਸੰਨੀ ਨੂੰ ਜਿਹੜਾ ਬੇਗੁਨਾਹ ਸਾਬਤ ਕੀਤਾ। ਉਹ ਸਿਰਫ ਮੈਂ ਮੀਡੀਆ ਦਾ ਅਤੇ ਬਠਿੰਡਾ ਪ੍ਰਸ਼ਾਸਨ ਜਿਹੜੇ SP ਸਰਦਾਰ ਜਸਪਾਲ ਸਿੰਘ ਨੇ, ਜਿਨ੍ਹਾਂ ਨੇ ਬੜੇ ਪਹਿਲ ਦੇ ਆਧਾਰ 'ਤੇ ਵਿਦਇਨ 1 ਵੀਕ ਜਿਹੜਾ ਸੀ ਉਹ ਡਾਕੂਮੈਂਟ ਸਾਡੇ ਹੈਂਡਓਵਰ ਕੀਤਾ, ਜਿਹਦੇ ਵਿੱਚ ਸੰਨੀ ਨੂੰ ਇਨੋਸੈਂਟ ਡਿਕਲੇਅਰ ਕੀਤਾ ਗਿਆ ਮੋਹਾਲੀ 'ਚੋਂ। ਸੰਨੀ ਦੀ ਏਜ ਮੇਰੇ ਦੇਖੋ ਨੀਅਰ ਅਬਾਊਟ 30 ਤੋਂ 35 ਸਾਲ ਸੀ, ਅਤੇ ਇਹਦੀ ਜਿਹੜੇ ਤਾਰ ਜੁੜੇ ਗਏ ਸੀ ਉਹ ISI ਪਾਕਿਸਤਾਨ ਨਾਲ ਜੁੜੇ ਗਏ ਕਿ ਇਹਦੇ ਵਿੱਚ ਇਹਦੀ ਇਨਵੋਲਵਮੈਂਟ ਹੈ, ਉੱਧਰ ਪੰਜਾਬ 'ਚ ਗੜਬੜ ਕਰਨੀ ਚਾਹੁੰਦਾ ਹੈ। ਪਰ 2.5 ਸਾਲ ਤੋਂ ਜੇਲ੍ਹ 'ਚ ਅੰਦਰ ਹੋਣ ਕਰਕੇ ਅਸੀਂ ਰਿਕੁਐਸਟ ਕੀਤੀ ਸੀ ਮੀਡੀਆ ਦੇ ਕੋਲ ਕਿ 2.5 ਸਾਲ ਤੋਂ ਬੰਦਾ ਜੇਲ੍ਹ ਦੇ ਅੰਦਰ ਹੈ, ਸਾਡੀ ਆਵਾਜ਼ ਜਿਹੜੀ ਸਰਕਾਰ ਤੀਕਰ ਪਹੁੰਚਾਈ ਜਾਵੇ ਕਿ ਇਹ ਬੰਦਾ ਅੰਦਰ ਹੈ, ਕਿਵੇਂ ਇਨਵੋਲਵ ਹੋ ਸਕਦਾ ਹੈ। ਅਤੇ ਉਹ ਕਿਸੇ ਹਾਇਰ ਅਥਾਰਟੀ ਨੇ, ਚੰਗੇ ਪੁਲਿਸ ਅਫੀਸਰ ਨੇ, ਜਿੰਦੀ ਇਹਦੀ ਇਨਕੁਆਇਰੀ ਕੀਤੀ ਤਾਂ ਇਹਨੂੰ ਇਨੋਸੈਂਟ ਡਿਕਲੇਅਰ ਕੀਤਾ ਉਹਨਾਂ ਨੇ। 2.5 ਮਹੀਨੇ ਤੋਂ ਲਗਾਤਾਰ ਭੁੱਖ ਹੜਤਾਲ 'ਤੇ ਚੱਲਿਆ ਆ ਰਿਹਾ ਜੀ। ਕੱਲ੍ਹ ਅਸੀਂ ਜੇਲ੍ਹ ਜਾ ਕੇ ਮੇਰੇ ਜੂਨੀਅਰ ਨੇ ਅਤੇ ਮੇਰੇ ਜਿਹੜੇ ਕਲਰਕ ਆ ਉਹ ਜਾ ਕੇ ਉਹਨਾਂ ਨੇ ਦੱਸਿਆ ਕਿ ਉਹ ਡਾਕੂਮੈਂਟ ਮਿਲ ਗਿਆ ਜਿਸ ਦੇ 'ਤੇ ਇਨੋਸੈਂਟ ਡਿਕਲੇਅਰ ਕੀਤਾ ਹੈ, ਅਤੇ ਮੇਰੇ ਦੇਖਣ 'ਚ ਕੱਲ੍ਹ ਸ਼ਾਇਦ ਸ਼ਾਮ ਨੂੰ ਉਹਨੇ ਜਿਹੜੀ ਹੈ ਭੁੱਖ ਹੜਤਾਲ ਤੋੜਤੀ ਜਾਵੇ। ਨਹੀਂ, ਹੁਣ ਦੇਖੋ ਸਾਨੂੰ ਜਿਹੜਾ ਡਾਕੂਮੈਂਟ ਸਾਨੂੰ ਡੇਟ ਦਿੱਤੀ ਉਹਨਾਂ ਨੇ ਕਿ ਇਸ ਡੇਟ ਨੂੰ ਇਨੋਸੈਂਟ ਡਿਕਲੇਅਰ ਕੀਤਾ ਗਿਆ, ਮੇਰੇ ਦੇਖਣ 'ਚ ਹੋ ਚੁੱਕਾ ਹੈ ਜੀ। ਰਿਹਾਈ ਇੱਕ ਹੋਰ ਕੇਸ ਦੇ ਵਿੱਚ ਇਨਵੋਲਵ ਹੈ ਜੀ, ਉੱਧਰ ਕੇਸ ਐਵੀਡੈਂਸ 'ਤੇ ਹੈ, ਉਹ ਤਾਂ ਉਸ ਐਵੀਡੈਂਸ ਤੋਂ ਬਾਅਦ 'ਚ ਪਤਾ ਲੱਗੂਗਾ। ਬਠਿੰਡਾ ਤੋਂ ਅਵਤਾਰ ਸਿੰਘ ਕੈਂਥ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI।